ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ ਆਖਿਰ ਰਾਜਨਾਥ ਸਿੰਘ ਨੇ ਭਗਵੰਤ ਮਾਨ ਨੂੰ ਕਿਹੜੀ ਚਿੱਠੀ ਭੇਜੀ। ਪਠਾਨਕੋਟ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਤਾਂ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਤੋਂ 7,10,34,343 ਰੁਪਏ ਮੰਗ ਲਏ ਕਿ ਸਾਡਾ ਖਰਚਾ ਹੋ ਗਿਆ ਜੀ ਮਿਲਟਰੀ ਦੇ। ਅਤੇ ਇਹ ਮਾਮਲਾ ਮੈਂ ਪਾਰਲੀਮੈਂਟ 'ਚ ਉਠਾਇਆ ਸੀ ਅਤੇ ਚਿੱਠੀ ਵੀ ਲਿਖੀ ਸੀ ਕਿ ਪੰਜਾਬ ਵੀ ਮੁਲਕ ਦਾ ਹਿੱਸਾ ਹੈ, ਸਾਨੂੰ ਮਿਲਟਰੀ ਕਿਰਾਏ 'ਤੇ ਕਿਉਂ ਦਿੰਦੇ ਹੋ, ਸਾਨੂੰ ਮਿਲਟਰੀ ਰੈਂਟ 'ਤੇ ਕਿਉਂ ਦਿੰਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ, ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਕੁਝ ਸਮਾਂ ਪਹਿਲਾਂ ਪਠਾਨਕੋਟ ਏਅਰਵੇਜ਼ 'ਤੇ ਇੱਕ ਅੱਤਵਾਦੀ ਹਮਲਾ ਹੋਇਆ ਸੀ ਜਿਸ ਦੇ ਉੱਤੇ ਕਰੋੜਾਂ ਦੀ ਲਾਗਤ ਆਈ ਸੀ। ਜਿਸ ਹਮਲੇ ਦੌਰਾਨ ਜਿੰਨੀ ਵੀ ਸੈਨਾ ਉੱਥੇ ਤੈਨਾਤ ਕੀਤੀ ਗਈ, ਚਾਹੇ CRPF ਸੀ ਜਾਂ ਕਮਾਂਡੋ ਫੋਰਸ ਸੀ, ਉਹਨਾਂ ਦਾ ਜੋ ਵੀ ਖਰਚਾ ਹੋਇਆ ਸੀ ਉਹ ਕੇਂਦਰ ਸਰਕਾਰ ਨੇ ਪੰਜਾਬ ਤੋਂ ਮੰਗਿਆ ਸੀ, ਜਿਸ ਨੂੰ ਮੁਆਫ਼ ਕਰਨ ਦੀ ਗੁਹਾਰ ਪਤਾ ਨਹੀਂ ਸਿਆਸੀ ਧਿਰਾਂ ਨੇ ਲਗਾਈ ਜਾਂ ਨਹੀਂ ਲਗਾਈ। ਤੇ ਕੇਂਦਰ ਸਰਕਾਰ ਨੇ ਕਿਉਂ ਪਠਾਨਕੋਟ ਏਅਰਵੇਜ਼ 'ਤੇ ਹੋਏ ਹਮਲੇ ਦੇ ਬਚਾਅ ਵਾਸਤੇ ਭੇਜੀ ਗਈ ਸੈਨਾ ਤੇ ਉਸ ਸੈਨਾ ਵਾਸਤੇ ਪੰਜਾਬ ਤੋਂ ਕਿਉਂ ਪੈਸਾ ਮੰਗਿਆ, ਇਹ ਕੁਝ ਵੱਡੇ ਸਵਾਲ ਸਨ। ਪਰ ਪੰਜਾਬ ਦੇ ਵਿੱਚੋਂ ਕਿਸੇ ਵੀ ਵੱਡੇ ਸਿਆਸੀ ਨੇਤਾ ਨੇ ਇਹ ਸਵਾਲ ਕਦੇ ਪਾਰਲੀਮੈਂਟ ਦੇ ਵਿੱਚ ਚੱਕੇ ਹੀ ਨਹੀਂ ਸਨ। ਪਰ ਜਿਸ ਨੇ ਚੱਕਿਆ ਤੇ ਜਿਸ ਨੇ ਰਾਜਨਾਥ ਸਿੰਘ ਨੂੰ ਇਸ ਬਾਰੇ ਕੁਝ ਸਵਾਲ ਪੁੱਛੇ, ਫਿਰ ਉਸ ਨੂੰ ਰਾਜਨਾਥ ਸਿੰਘ ਦਾ ਕੀ ਜਵਾਬ ਆਇਆ, ਆਓ ਮਾਰਦੇ ਇੱਕ ਨਜ਼ਰ। ਇਹ ਰਾਜਨਾਥ ਸਿੰਘ ਜੀ ਵੱਲੋਂ ਚਿੱਠੀ ਆਈ ਹੈ, ਹੋਮ ਮਿਨਿਸਟਰ ਨੇ ਸਾਡੇ ਇੰਡੀਆ ਦੇ। ਮੈਂ ਚਾਹੂੰਗਾ ਸਾਰਾ ਮੈਂ ਪੜ੍ਹ ਕੇ ਸੁਣਾ ਦਿੰਦਾ ਤੁਹਾਨੂੰ। ਪ੍ਰਿਯ ਸ਼੍ਰੀ ਭਗਵੰਤ ਮਾਨ ਜੀ, ਕਿਰਪਿਆ ਆਪਣੇ ਪੱਤਰ ਦਿਨਾਂਕ 9 ਮਾਰਚ 2016 ਕਾ ਅਵਲੋਕਨ ਕਰੇ, ਜੋ ਪਠਾਨਕੋਟ ਏਅਰਬੇਸ ਪਰ ਆਤੰਕਵਾਦੀ ਹਮਲੇ ਮੇਂ ਨਿਪਟਣ ਕੇ ਲਈ ਕੇਂਦਰ ਸਰਕਾਰ ਦੁਆਰਾ ਕੇਂਦਰੀ ਪੁਲਿਸ ਵੱਲੋਂ ਕੀ ਤੈਨਾਤੀ ਪਰ ਹੋਏ ਵਿਆਹ ਕੀ ਰਾਸ਼ੀ ਸੇ ਪੰਜਾਬ ਰਾਜ ਕੋ ਮੁਕਤ ਰੱਖਣ ਕੇ ਸੰਬੰਧ ਮੇਂ ਹੈ। ਵੀਰੋ, ਪਠਾਨਕੋਟ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਤਾਂ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਤੋਂ 7,10,34,343 ਰੁਪਏ ਮੰਗ ਲਏ ਕਿ ਸਾਡਾ ਖਰਚਾ ਹੋ ਗਿਆ ਜੀ ਮਿਲਟਰੀ ਦੇ। ਅਤੇ ਇਹ ਮਾਮਲਾ ਮੈਂ ਪਾਰਲੀਮੈਂਟ 'ਚ ਉਠਾਇਆ ਸੀ ਅਤੇ ਚਿੱਠੀ ਵੀ ਲਿਖੀ ਸੀ ਕਿ ਪੰਜਾਬ ਵੀ ਮੁਲਕ ਦਾ ਹਿੱਸਾ ਹੈ, ਸਾਨੂੰ ਮਿਲਟਰੀ ਕਿਰਾਏ 'ਤੇ ਕਿਉਂ ਦਿੰਦੇ ਹੋ, ਸਾਨੂੰ ਮਿਲਟਰੀ ਰੈਂਟ 'ਤੇ ਕਿਉਂ ਦਿੰਦੇ ਹੋ। ਠੀਕ ਹੈ, ਜੇ ਤੁਸੀਂ ਪੰਜਾਬ ਨੂੰ ਮੁਲਕ ਦਾ ਹਿੱਸਾ ਨਹੀਂ ਮੰਗਦੇ ਤਾਂ ਮੇਰੀ ਜਿਹੜੀ 5 ਕਰੋੜ ਦੀ ਰਾਸ਼ੀ ਹੈ ਅਤੇ ਸਾਧੂ ਸਿੰਘ ਜੀ 5 ਕਰੋੜ ਦੀ ਰਾਸ਼ੀ ਹੈ, ਸਾਡੇ MP ਨੇ ਜਿਹੜੇ ਫਰੀਦਕੋਟ ਤੋਂ, ਸਾਡੇ MP ਕੋਟੇ 'ਚੋਂ ਕੱਟ ਲਓ, ਹੋਰ ਅਸੀਂ ਕੀ ਕਰ ਸਕਦੇ ਹਾਂ। ਪੰਜਾਬ ਤਾਂ ਪਹਿਲਾਂ ਹੀ ਬਹੁਤ ਕਰਜਾਈ ਹੈ। ਅਤੇ ਵੀਰੋ, ਇਸ ਲੈਟਰ ਦੇ ਵਿੱਚ ਦੱਸਤਾ ਉਹਨਾਂ ਨੇ ਕਿ ਤੁਹਾਡੇ ਲੈਟਰ ਤੋਂ ਬਾਅਦ ਅਸੀਂ ਪੰਜਾਬ ਸਰਕਾਰ ਨੂੰ ਇਹ ਮਾਫ਼ ਕਰਤਾ ਕਰਜ਼ਾ। ਹਾਂ, ਮੈਂ ਚਾਹੂੰਗਾ ਦੁਬਾਰਾ ਇਹ ਆਫੀਸ਼ੀਅਲ ਲੈਟਰ ਹੈ ਰਾਜਨਾਥ ਸਿੰਘ ਦਾ। ਆਹ ਫਾਇਦਾ ਜੀ ਪਾਰਲੀਮੈਂਟ 'ਚ ਬੋਲਣ ਦਾ। ਕੈਪਟਨ ਅਮਰਿੰਦਰ ਸਿੰਘ ਜੀ ਉਦੋਂ ਉਸ ਦਿਨ ਕਿੱਥੇ ਸੀ ਜਿਸ ਦਿਨ ਇਹ ਮਾਮਲਾ ਉਠਾਉਣਾ ਸੀ? ਕਿਉਂਕਿ ਮਾਮਲਾ ਤਾਂ ਕੋਈ ਨਿੱਜੀ ਨਹੀਂ, ਜੇ ਉਹ ਉਠਾਉਂਦੇ ਮੈਂ ਉਹਨਾਂ ਦੀ ਸਪੋਰਟ ਕਰਦਾ, ਉਹ ਵੀ ਮੈਂਬਰ ਪਾਰਲੀਮੈਂਟ ਨੇ। ਪਾਰਲੀਮੈਂਟ 'ਚ ਬੋਲਣ ਦਾ ਆਹ ਫਾਇਦਾ ਜੀ।
ਜੀ ਹਾਂ, ਪਠਾਨਕੋਟ ਏਅਰਵੇਜ਼ ਤੇ ਜਦੋਂ ਹਮਲਾ ਕੀਤਾ ਗਿਆ ਸੀ ਉਸ ਤੋਂ ਬਾਅਦ ਜੋ ਵੀ ਖਰਚਾ ਹੋਇਆ ਸੀ ਭਾਰਤ ਦੀਆਂ ਸਰਕਾਰਾਂ ਦਾ, ਉਹ ਸਾਰਾ ਦਾ ਸਾਰਾ ਖਰਚਾ ਪੰਜਾਬ ਨੂੰ ਮਾਫ ਕਰ ਦਿੱਤਾ ਗਿਆ ਹੈ। ਕਿਉਂਕਿ ਅਗਰ ਭਾਰਤ ਦੀ ਸਰਕਾਰ ਵਾਕਈ ਪੰਜਾਬ ਨੂੰ ਆਪਣਾ ਹਿੱਸਾ ਸਮਝਦੀ ਹੈ ਤਾਂ ਫਿਰ ਇਹ ਦੋਗਲੀ ਨੀਤੀ ਪੰਜਾਬ ਦੇ ਨਾਲ ਨਹੀਂ ਚੱਲ ਸਕਦੀ, ਜਿਸ ਨੂੰ ਬਹੁਤ ਹੀ ਸਹਿਜਤਾ ਦੇ ਨਾਲ ਭਗਵੰਤ ਮਾਨ ਨੇ ਆਪਣੇ ਖੱਤ ਜ਼ਰੀਏ ਰਾਜਨਾਥ ਸਿੰਘ ਤੱਕ ਪਹੁੰਚਾਇਆ। ਤੇ ਉਮੀਦ ਕਰਦੇ ਹਾਂ ਉਹਨਾਂ ਦੇ ਇਹ ਚੀਜ਼ ਸਮਝ ਆ ਗਈ ਹੋਏਗੀ ਕਿ ਪੰਜਾਬ ਦੀ ਆਵਾਮ ਨੂੰ ਬਹੁਤ ਦਹਾਕਿਆਂ ਤੋਂ ਉਹ ਆਪਣੀਆਂ ਕੋਝੀਆਂ ਚਾਲਾਂ ਦੇ ਚੱਲਦਿਆਂ ਉਲਝਾਉਂਦੇ ਆਏ ਨੇ, ਬੇਵਕੂਫ ਬਣਾਉਂਦੇ ਆਏ ਨੇ, ਪਰ ਹੁਣ ਪੰਜਾਬ ਦੀ ਆਵਾਮ ਬੇਵਕੂਫ ਨਹੀਂ ਬਣੇਗੀ। ਤੇ ਉਮੀਦ ਇਹੀ ਜਿਤਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਗਵੰਤ ਮਾਨ ਵਰਗੇ, ਸਿਮਰਜੀਤ ਸਿੰਘ ਬੈਂਸ ਵਰਗੇ ਉਹ ਨੇਤਾ ਸਾਹਮਣੇ ਉੱਭਰ ਕੇ ਆਉਣਗੇ ਜੋ ਪੰਜਾਬ ਦੇ ਬਣਦੇ ਹੱਕ ਪੰਜਾਬ ਨੂੰ ਜ਼ਰੂਰ ਦਿਵਾਉਣਗੇ। ਫਿਰ ਕੱਲ੍ਹ ਚਾਹੇ ਪੰਜਾਬ ਦੇ ਪਾਣੀਆਂ ਦੀ ਹੋਵੇ, ਪੰਜਾਬ ਦੀ ਜਵਾਨੀ ਦੀ ਹੋਵੇ, ਪੰਜਾਬ ਦੀ ਕਿਸਾਨੀ ਦੀ ਹੋਵੇ, ਪੰਜਾਬ ਨੂੰ ਉਹ ਹਰ ਬਣਦੇ ਹੱਕ ਉਸਦੇ ਹਾਸਿਲ ਹੋਣਗੇ ਜਿਸ ਦਾ ਉਹ ਹੱਕਦਾਰ ਹੈ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।